सरकार दे विधान सभा दे विच वादे सी जां जिहड़े इह दावे करदे सी उह किते ना किते जिहड़े खोखले नज़र आउंदे आ। ਤੇ ਹੁਣ ਸਾਨੂੰ ਜੇ ਫਾਰਮ ਵੀ ਨਹੀਂ ਮਿਲਦਾ ਤੇ ਅਸੀਂ ਇੱਕ ਇਸ ਤਰ੍ਹਾਂ ਇਦਾਂ ਮਹਿਸੂਸ ਕਰਦੇ ਹਾਂ ਵੀ ਆ ਪਰਚੀ ਤੇ ਸਾਨੂੰ ਪੈਸੇ ਮਿਲ ਜੂਗੇ ਸਾਡੇ ਖਾਤੇ 'ਚ ਆ ਹੀ ਨਹੀਂ ਰਹੀ। ਜ਼ਿਮੀਂਦਾਰਾਂ ਸਿੱਧੇ ਕਹਿੰਦੇ ਪੈਸੇ ਆਉਣੇ ਖਾਤਿਆਂ ਦੇ ਵਿੱਚ, ਸਿੱਧੇ ਪੈਸੇ ਨਹੀਂ ਆ ਰਹੇ ਜੀ। ਵੀ ਚੌਥਾ ਹਿੱਸਾ ਮਸੀ ਜਿਹੜੀ ਹੈ ਉਹ ਇੱਥੋਂ ਫਸਲ ਜਿਹੜੀ ਹੈ ਉਹ ਜਿਹੜੀ ਇੱਥੇ ਬਾਰਦਾਨੇ ਦੇ ਵਿੱਚ ਬੰਦ ਹੈ ਉਹ ਚੁਕਾਈ ਗਈ ਹੈ। ਬਾਰਦਾਨੇ ਨਹੀਂ ਆ ਰਿਹਾ ਜੀ ਪਿੱਛੋਂ, ਉਹ ਨਾ ਗੌਰਮੈਂਟ ਬਾਰਦਾਨਾ ਦਿੰਦੀ ਹੈ ਮਗਰ ਭੋਗ ਭੋ ਟਾਂਡੇ ਤੇ ਆੜਦੀ ਹੈ, ਗੱਡੀਆਂ ਕਰਾ ਕਰਾ ਕੇ ਬਾਰਦਾਨਾ ਲੈ ਕੇ ਆਏ, ਉੱਥੇ ਵੀ ਨਹੀਂ ਬਾਰਦਾਨਾ ਸਾਨੂੰ ਮਿਲਿਆ। 3-2.5 ਘੱਟਾਂ ਮਿਲੀਆਂ ਸਾਰੀਆਂ ਸਾਨੂੰ। ਆਉਣ ਵਾਲੇ ਟਾਈਮ ਦੇ ਵਿੱਚ ਬਾਰਿਸ਼ ਹੋਊਗੀ ਤਾਂ ਇਹ ਜਿਹੜੀ ਫਸਲ ਹੈ ਖਰਾਬ ਹੋਊਗੀ ਔਰ ਉਦੋਂ ਬਾਅਦ ਇਹੀ ਜਾ ਕੇ ਸਟੋਰਾਂ ਦੇ ਵਿੱਚ ਜਾਣੀ ਹੈ, ਫਿਰ ਉਦੋਂ ਬਾਅਦ ਇਹੀ ਲੋਕਾਂ ਦੇ ਮੂੰਹ 'ਚ ਪੈਣੀ ਹੈ ਕਿ ਮਾਲ ਜਿਹੜਾ ਸਟੋਰ ਤੱਕ ਪਹੁੰਚਦਾ ਹੋ ਜਾਊਗਾ ਅਤੇ ਜੇ ਉਹ ਮਾਲ ਸਟੋਰ ਤੱਕ ਨਹੀਂ ਪਹੁੰਚਦਾ ਹੋਣਾ ਉਹ ਜਾਂ ਤਾਂ ਆੜ੍ਹਤੀਏ ਦੇ ਸਿਰ ਪੈ ਜਾਣਾ ਜਾਂ ਫਿਰ ਕਿਸਾਨ ਦੇ ਸਿਰ ਪੈ ਜਾਣਾ। ਮਾਲ ਚੱਕ ਹੋਵੇ ਛੇਤੀ ਛੇਤੀ ਬਾਰਦਾਨਾ ਦੇਵੇ ਗੌਰਮੈਂਟ, ਗੌਰਮੈਂਟ ਬਾਰਦਾਨਾ ਨਹੀਂ ਦੇਵੇ। ਨਾ ਤਾਂ ਬਾਰਦਾਨੇ ਦਾ ਪ੍ਰਬੰਧ ਹੈ, ਨਾ ਉਹਦੇ ਵਿੱਚ ਮੰਡੀ ਦੇ ਵਿੱਚ ਜਿਹੜਾ ਹੈਗਾ ਲੇਬਰ ਦਾ ਪ੍ਰਬੰਧ ਹੈ, ਨਾ ਮੰਡੀਆਂ ਦੇ ਵਿੱਚ ਕੋਵਿਡ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਪ੍ਰੀਕੋਸ਼ਨ ਯੂਜ਼ ਕਰਨੀਆਂ ਉਹਦਾ ਜਿਹੜਾ ਕੋਈ ਪ੍ਰਬੰਧ ਹੈ। ਜੇ ਪਰਮਾਤਮਾ ਨਾ ਕਰੇ ਕੋਈ ਮਾੜਾ ਮੌਸਮ ਬਣ ਗਿਆ ਤਾਂ ਪੰਜਾਬ ਦੇ ਅਨਾਜ ਦਾ ਐਡਾ ਵੱਡਾ ਨੁਕਸਾਨ ਹੋ ਜਾਣਾ, ਨਾ ਇਹ ਖਾਣ ਯੋਗਾ ਰਹਿਣਾ, ਨਾ ਕਿਸੇ ਹੋਰ ਯੋਗਾ ਰਹਿਣਾ, ਨਾ ਕਿਸਾਨ ਨੂੰ ਕੋਈ ਇਹਦਾ ਬਹੁਤਾ ਫਾਇਦਾ ਹੋਣਾ ਅਤੇ ਨਾ ਆੜ੍ਹਤੀਏ ਨੂੰ ਹੋਣਾ। 80% ਜਿਹੜਾ ਵਾਅਦਾ ਕਰਦੀ ਦਾਅਵਾ ਕਰਦੀ ਗੌਰਮੈਂਟ ਵੀ ਅਸੀਂ ਚੁੱਕ ਲਈ ਹੈ ਫਸਲ, ਉਹ ਮੰਡੀਆਂ ਦੇ ਵਿੱਚ ਪਈ ਹੈ। ਜਿਹੜੇ ਤੁਹਾਡੇ ਦਾਅਵੇ ਅਫਸਰ ਕਰਕੇ ਤੁਹਾਨੂੰ ਭੇਜ ਰਹੇ ਆ ਉਹ ਬਿਲਕੁਲ ਝੂਠੇ ਆ। ਔਰ ਜਦੋਂ ਸਰਕਾਰ ਨੂੰ ਪਤਾ ਹੈ ਵੀ ਇੰਨੀ ਫਸਲ ਆਉਣੀ ਹੈ ਤਾਂ ਉਹਦੇ ਪੁਖਤਾ ਪ੍ਰਬੰਧ ਜਿਹੜੇ ਹੈ ਉਹ ਸਰਕਾਰ ਨੂੰ ਜ਼ਰੂਰ ਕਰਨੇ ਚਾਹੀਦੇ ਆ। ਹਲਕਾ ਫਿਲੌਰ ਤੋਂ ਅਕਾਲੀ ਦਲ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋਂ ਅੱਜ ਦਾਣਾ ਮੰਡੀ ਗੁਰਾਇਆ ਮਨਸੂਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਆੜ੍ਹਤੀਆਂ ਨੇ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਕਿਹਾ ਕਿ ਨਾ ਤਾਂ ਮੰਡੀ ਵਿੱਚ ਉਹਨਾਂ ਨੂੰ ਬਰਦਾਨਾ ਮਿਲ ਰਿਹਾ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ, ਜਿਸ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਨੇ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2019-20 ਦੀ ਹੁਣ ਪੇਮੈਂਟ ਕੀਤੀ ਗਈ ਹੈ, ਜਦਕਿ ਉਸ ਵਿੱਚ ਵੀ ਲੇਬਰ ਦੀ ਪੇਮੈਂਟ ਨਹੀਂ ਕੀਤੀ ਗਈ। ਇਸ ਵਾਰ ਜਿਹੜਾ ਬਰਦਾਨਾ ਉਹਨਾਂ ਨੂੰ 20 ਰੁਪਏ ਵਿੱਚ ਮਿਲਦਾ ਸੀ 48 ਰੁਪਏ ਵਿੱਚ ਖਰੀਦ ਕਰਨੀ ਪੈ ਰਹੀ ਹੈ। ਇੱਥੋਂ ਤੱਕ ਕਿਸਾਨਾਂ ਵੱਲੋਂ ਜੋ ਫਾਰਮ ਮੰਗੇ ਜਾ ਰਹੇ ਹਨ ਉਹ ਵੀ ਅਜੇ ਉਹਨਾਂ ਨੂੰ ਨਹੀਂ ਦੇ ਪਾ ਰਹੇ। ਹਾਂਜੀ, ਕੀ ਪ੍ਰੋਬਲਮ ਆ ਰਹੀ ਜੀ ਮੰਡੀ ਵਿੱਚ? ਬਾਰਦਾਨਾ ਨਹੀਂ ਆ ਰਿਹਾ ਜੀ ਪਿੱਛੋਂ, ਉਹ ਨਾ ਗੌਰਮੈਂਟ ਬਾਰਦਾਨਾ ਦਿੰਦੀ ਹੈ ਮਗਰ ਭੋਗ ਭੋ ਟਾਂਡੇ ਤੇ ਆੜ੍ਹਤੀ ਹੈ, ਗੱਡੀਆਂ ਕਰਾ ਕਰਾ ਕੇ ਬਾਰਦਾਨਾ ਲੈ ਕੇ ਆਏ, ਉੱਥੇ ਵੀ ਨਹੀਂ ਬਾਰਦਾਨਾ ਸਾਨੂੰ ਮਿਲਿਆ। 3-2.5 ਘੱਟਾਂ ਮਿਲੀਆਂ ਸਾਰੀਆਂ ਸਾਨੂੰ। ਅੱਛਾ, 2500 'ਚ ਗੱਡੀ ਮੁੱਲ ਕਰਾ ਕੇ ਗਏ ਅਸੀਂ ਅਤੇ ਸਰ 2.5 ਘੱਟਾਂ ਮਿਲੀਆਂ ਸਾਨੂੰ ਉੱਥੋਂ ਭੋਗ ਭੋ। ਆ ਪੁਰਾਣਾ ਬਾਰਦਾਨਾ ਲਿਆਉਂਦੇ ਹਾਂ ਸੈਲਰਾਂ ਦੇ ਵਿੱਚੋਂ, ਮੁੱਲ ਲਿਆ ਕੇ ਆੜ੍ਹਤੀ ਹੈ ਤਾਂ ਫੇਰ ਭਰਦੇ ਆ। ਜਿਹੜਾ ਲੱਗਾ ਆੜ੍ਹਤੀ ਜਿਹੜਾ ਬਾਰਦਾਨਾ ਪ੍ਰਬੰਧ ਕਰ ਰਹੇ ਆ ਆੜ੍ਹਤੀ ਆ, ਉਹ ਸੈਲਰਾਂ ਤੋਂ ਲੈਂਦੇ ਬਾਰਦਾਨਾ, ਉਹ ਵੀ ਉਹਨਾਂ ਤੋਂ ਖਰੀਦ ਖਰੀਦ ਕੇ ਲਿਆਉਂਦੇ ਆ ਤੇ ਉਹ ਫੇਰ ਭਰਦੇ ਆ। ਜਿਹੜਾ ਉਹ ਬਾਰਦਾਨਾ ਵੀ ਆ ਰਿਹਾ ਸ਼ੈਲਰਾਂ ਤੋਂ ਮਿਲਦਾ, ਬੜਾ ਮਾੜਾ ਆ। ਉਹ ਤਾਂ ਬਿਲਕੁਲ ਮਾੜਾ ਹੀ ਬਾਰਦਾਨਾ ਹੈ, ਜੇ ਕੁੰਡੀ ਪਾਉਂਦੇ ਆ ਉਹ ਵੜ ਜਾਂਦਾ ਜੀ। ਹਾਂਜੀ, ਲਿਫਟਿੰਗ ਹੋ ਰਹੀ ਹੈ ਕਿ ਨਹੀਂ? ਲਿਫਟਿੰਗ ਬਹੁਤ ਘੱਟ ਹੁੰਦੀ ਹੈ ਜੀ। ਅੱਛਾ, ਆ ਦੇਖੋ ਕਿੱਦਾਂ ਪਿਆ, ਸਾਰੀ ਮੰਡੀ ਭਰੀ ਪਈ ਹੈ ਜੀ। ਕੀ ਮੰਗ ਹੈ ਤੁਹਾਡੀ? ਮਾਲ ਚੱਕ ਹੋਵੇ ਛੇਤੀ ਛੇਤੀ ਬਾਰਦਾਨਾ ਦੇਵੇ ਗੌਰਮੈਂਟ, ਗੌਰਮੈਂਟ ਬਾਰਦਾਨਾ ਨਹੀਂ ਦੇ ਰਹੀ। ਹੋਰ ਜਿਹੜੀ ਪੇਮੈਂਟ ਵਗੈਰਾ ਦਾ ਕਿੱਦਾਂ ਜੀ? ਪੈਸੇ ਸਾਡੇ ਖਾਤੇ 'ਚ ਆ ਹੀ ਨਹੀਂ ਰਹੀ, ਜ਼ਿਮੀਂਦਾਰਾਂ ਸਿੱਧੇ ਕਹਿੰਦੇ ਪੈਸੇ ਆਉਣੇ ਖਾਤਿਆਂ ਦੇ ਵਿੱਚ, ਸਿੱਧੇ ਪੈਸੇ ਨਹੀਂ ਆ ਰਹੇ। ਤੇ ਜੇ ਫਾਰਮ ਦੀ ਜਿਹੜੀ ਸਮੱਸਿਆ ਆ ਰਹੀ ਆ ਉਹ ਕੀ ਹੈ ਜੀ? ਉਹ ਨਹੀਂ ਮਿਲਦਾ ਜੀ। ਇਸ ਵਾਰ ਇਹ ਸਮੱਸਿਆ ਆ ਰਹੀ ਹੈ ਕਿ ਹਰੇਕ ਸਾਲਾਂ ਦੀ? ਨਹੀਂ ਨਹੀਂ, ਐਤਕੀ ਆਈ ਹੈ ਜੀ, ਅੱਗੇ ਨਹੀਂ ਕਦੇ ਆਈ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਮੰਡੀਆਂ ਦੇ ਵਿੱਚ ਆਏ ਨੂੰ? ਹਾਂ ਤਾਂ ਮਹੀਨਾ ਹੋ ਚੱਲਿਆ ਜੀ। ਇਹ ਝੋਨੇ ਵਾਲਾ ਹਾਲ ਹੋ ਗਿਆ, ਅੱਗੇ ਤਾਂ ਝੋਨੇ ਵੇਲੇ ਇੱਦਾਂ ਦੇਖੀਦਾ ਸੀਗਾ ਕਿ ਕਿਸਾਨ ਕਈ ਕਈ ਦਿਨ, ਇਹ ਤਾਂ ਝੋਨੇ ਨਾਲ ਵੀ ਮਾੜਾ ਹਾਲ ਹੋ ਗਿਆ ਜੀ ਐਤਕੀ। ਹਾਂਜੀ, ਕਿਹਦੀ ਇਹ ਕਮੀ ਕਿਹਦੀ ਹੈ? ਗੌਰਮੈਂਟ ਦੀ ਕਮੀ ਹੈ ਜੀ, ਗੌਰਮੈਂਟ ਦੀ ਕਸੂਰ ਸਾਰਾ ਗੌਰਮੈਂਟ ਦਾ ਜੀ। ਕੈਪਟਨ ਸਾਹਿਬ ਤਾਂ ਕਹਿ ਰਹੇ ਸੀ ਪੂਰੀ ਲਿਫਟਿੰਗ ਕਰ ਰਹੇ ਆ ਪੂਰਾ ਕਿਸਾਨਾਂ ਦਾ ਖਿਆਲ। ਆੜ੍ਹਤੀਏ ਕੀ ਕਰਨਗੇ ਜੀ, ਆੜ੍ਹਤੀਏ ਤਾਂ ਤੰਗ ਹੋਏ ਬੈਠੇ ਆ ਜੀ। ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ। ਕੋਈ ਪ੍ਰਬੰਧ ਨਹੀਂ ਹੈਗਾ ਜੀ ਇੱਥੇ। ਇਸ ਮੌਕੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਸ਼ਨ ਦੇ ਦੌਰਾਨ ਵੱਡੇ ਵੱਡੇ ਖੋਖਲੇ ਦਾਅਵੇ ਕੀਤੇ ਜਾ ਰਹੇ ਸਨ, ਪਰ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਪਿਛਲੇ ਬਜਟ ਸੈਸ਼ਨ ਦੌਰਾਨ ਜਿਹੜਾ ਸਰਕਾਰ ਦਾ ਆਖਰੀ ਬਜਟ ਸੈਸ਼ਨ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਔਰ ਇਹਨਾਂ ਦੇ ਵਜ਼ੀਰਾਂ ਨੇ ਵਿਧਾਨ ਸਭਾ ਦੇ ਵਿੱਚ ਬੜਾ ਥਪਥਪਾਈ ਆਪਣੀ ਜਿਹੜੀ ਪਿੱਠ ਹੈ ਬਈ ਅਸੀਂ ਫਸਲਾਂ ਬੜੀਆਂ ਟਾਈਮ ਨਾਲ ਚੁੱਕਦੇ ਹਾਂ, ਸਾਡੇ ਪ੍ਰਬੰਧ ਬੜੇ ਪੂਰੇ ਨੇ,
और पेमेंट बड़ी टाइम ना आती है, पर हुण जदों कणक की फसल जिहड़ी वो मंडियां दे विच आई है, सब तो पहला तो इन्होंने 10 दिन पहले जिहड़ी खरीद है वो लेट शुरू की है। दूजे नंबर के उत्ते सरकार नूं ये पता हुंदा बई इन्नी फसल हर साल आनी है, वो इन्ना वाधा होना है, वो ना तो बारदाने का प्रबंध है, ना वो मंडी के जोड़ा है लेबर का प्रबंध है, ना मंडिया के कोविड को मुख रखते हुए जिहड़ियां प्रिकॉशन यूज करनिया वो जिहड़ा कोई प्रबंध है। और मैं समझदा भी जिहड़े सरकार दे विधानसभा दे विच वादे सी जां जिहड़े ये दावे करते वो किते ना किते जिहड़े खोखले नज़र आउंदे आ। अज गुराया दाणा मंडी भी गए सी भी, और एक गल होर भी जिहड़ा ए क्लास का बारदाना जिहड़ा वो मंडिया के जिहड़ा वो जिमीदारां की फसल वास्ते जिहड़ा आउंदा सी वो अज की डेट के मैनूं 47 या 48 रुपए जिहड़ा वो खरीदना पै रहा, किते ना किते जिहड़ी उहदी कॉस्ट जिहड़ी 20 रुपए आ। मैं समझता भी ये भी बहुत बड़ा जिहड़ा फेरबदल है, और उदू भी माड़ी गल है भी मौसम खराब है, लिफ्टिंग दे करके पंजाब दियाँ जिते बाकी मंडिया दिक्कत है उत्थे जे फलौर की गुराया की मनसूरपुर की इन मंडिया की गल कर लीए तो वो भी चौथा हिस्सा मसी जी है वो इतों फसल जी है वो जी इत बारदाने के बंद है वो चुकाई गई है। और एक होर जिहड़ा सरकार वालों जी 2019 दे विच जो फसल चक्की गई सी उहदे पैसे जिहड़े है वो आढ़तियां दे वो हुण उन्होंने खात्यां दे विच जिहड़े आ भेजे आ, और जिहड़ी लेबर उस वेले यूज होई सी वो लेबर दा हजे तक भी नहीं आया। मैं समझदा भी ये जिहड़ा सरकार दी नलैकी है, और जदों सरकार नूं पता है भी इन्नी फसल आउणी है तो उहदे पुख्ता प्रबंध जिहड़े है वो सरकार नूं जरूर करने चाहीदे आ। आ हुण भी आले दुआले आपां नज़र मार लईए मंडी के लिफ्टिंग के कारण जिहड़ा 80% जिहड़ा वादा कर दी दावा कर दी गवर्नमेंट भी असीं चुक ली है फसल वो मंडिया के बिच पई है, और वो जिहड़ा इत्थे जींदा जागदा सबूत है, और ये तो बड़ा सरकार का कोई फेलीयर होर नहीं हो सकता। और जेकर खुदा ना खासता जिदा पिछे बारिश हुई सी जे होर भी आने वाले टाइम के बारिश होगी तो यह जी फसल है खराब होगी, और उदू बाद यही जाके स्टोरों के जानी है, फिर उदू बाद यही लोगों के मुँह पैनी है, तो आने वाले टाइम फिर वह बीमारियों बढ़ावा दूगी। ये असी तो सरकार को जिहड़ा ये अपील भी करते हैं और जवाब भी मंगते हैं भी थोड़ी जिम्मेवारी सी, और झोने के बच्चे कितने लेट फिट हो सकती है पर कणक दे विच लेट ये पहली बार जिहड़ा ये सुनिया ये नहीं होना चाहिए है, कितने ना कितने ये जिहड़ा प्रबंधन के विच कमी है उन्हें पूरा किया जाना चाहिए कि मंडी के ट्रैक्टर ट्राली खड़ा करनू कितने लाउण नू थैं नहीं, बोरिया के अंबार ही नज़र आउंदे आ, कोई लिफ्टिंग का प्रबंध नहीं। तो जदों किसानां नाल गल करदे आ ये भी नज़र आउंदा, किसान भी दसदे आ कि अगे सानू सरकार जिहड़ी है पहला जो असं भरा के जाते सी जे फार्म मिल जाता सी ते हुण सानू जे फार्म भी नहीं मिलता, तो असी एक किस तरह इदा महसूस करते हैं भी आ परची से सानू पैसे मिल जूंगे, तो नाल दी नाल वड्डी समस्या जिहड़ी आ बारदाने की भी एड्डी वड्डी आ कि जिहड़े बारदाने विच असी माल पवा के जाते हैं सानू अपने आप यकीन नहीं कि माल जिहड़ा स्टोर तक पहुँचता हो जाऊगा, तो जे वो माल स्टोर तक नहीं पहुँचता होना वो जां तां आढ़तीए दे सिर पै जाना जां फिर किसान दे सिर पै जाना, तो आढ़तीए तां किसान की जिहड़ी इहदे विच माड़ी मोटी मैं तू भी हो जाणी है कि मैं तैनूं इन्ना दिखा के गया सी, आढ़तीए नूं कहना भी तेरिया बोरिया के विचों इन्ना निकलिया भाव के पाटा बारदाना, आढ़तीए अपने कोलों जिहड़ा आ उह वरत रहे आ। मैं तां इस मौके उत्ते आढ़तीआं दा धन्नवाद कहांगा, किसानां नूं भी कहांगा कि आढ़तीआं नाल भी अपनी हमदर्दी जगा के रखो, इन्हां ने बेशक सरकारां कोई चंगा प्रबंध नहीं कर सकियां पर इस मौके दे उत्ते अपने कोलों वड्डियां रकमां खर्च के किसान नूं जल दा वेला करन दा जतन कीता कि मंडियां च रोले ना, कदे नहीं इदां दा माहौल देखिया कि इन्नी जिहड़ी आ मंडियां दे विच बोरी आढ़तीआं दे सिर ते पई होवे ते आढ़तीआं फिर भी जिहड़ा आ के किसान नूं छेदा वेला करन दा जिहड़ा जतन करे। सो मैं इस मौके उत्ते फिर दुबारा सरकार नूं बेनती करना कि जिहड़े तुहाडे दावे अफसर करके तुहानूं भेज रहे आ बिल्कुल झूठे आ, और इन्ने झूठे आ कि तुसीं कोई अपने लीडर भेजो मंडिया के विच आ के जानकारी प्राप्त करो, जिथे 5 लाख मंडी बोरी के आँदी है मंडी के बोरी आँदी है तो उतों 4 लाख जी मंडी के पई है तो 1 लाख बोरी है जी सिर्फ अजे लिफ्टिंग हुई है। जे परमात्मा ना करे कोई माड़ा मौसम बन गया तो पंजाब के अनाज का एड्डा व्डा नुकसान हो जाना, ना ये खाण जोगा रहना ना किसी होर जोगा रहना, ना किसान कोई यदा बहुता फायदा होना तो ना आढ़ती होना। सो इस करके जी अज की समस्या वीडी वो किसान ले भी वड्डी बनी हुई है, आढ़ती भी वड्डी बनी रही है, और किसान लेबरों वास्ते भी वड्डी बनी हुई है,
और मैं समझदा कि जेकर अज ये मसला मौके पर हल कर दे सरकार तो पंजाब के बहुत सारे भाईचारे का जो बचाव हो सकता, नहीं तो सरकार जिदा दिल्ली बार्डर से रो रहा आने वाले समय के अंदर जा तो आढ़तियों के दर के मूहरे धरने लगने शुरू हो जाने हैं या फिर सरकार के दर के अगे धरने लगने शुरू हो जाने हैं, क्योंकि अच्छ वड्डी लोड़ है जिम्मेवारी निभाउण की, पर सरकार जी है वो इस पासे नूं छड्ड के अपन सियासत दीयां रोटियां एक दूजे नूं मेहणो मेहणी होई पई है। उन्होंने ये कम नहीं करना चाहिए, जिहड़ी वड्डी जिम्मेवारी है जिदा अपने बीमारी मारू चल रही है उहदे वल ध्यान देना चाहिए। फिलौर तो अमरजीत सिंह मुन की रिपोर्ट। दुख तो ना घबराओ, सानू फोन लगाओ। गुरु अजमेरी बाबा जी। MBA करन तो बाद नौकरी दी मैं इधर उधर बहुत अके करते, पर मेरी किते भी कोई गल नहीं होनी। फिर एक दिन मैनू मेरे यार दोस्त ने बाबा जी बारे दस्या। फिर की, फिर मैं बाबा जी को ले गया। बाबा जी दी ते ऐसी मेहर, उन्होंने तो मेरी अखा ही खोल दी। अज देखो मैं नौकरी नहीं अपना बिजनेस कर रहा। धन्यवाद बाबा जी। काले इलम नाल कुछ घंटियां च ही समाधान गारंटी दे नाल हर इलम दे माहिर। मैं अपनी लव मैरिज लेके बहुत परेशान सी, बहुत जगह जगह घूमी पर कोई समाधान नहीं मिलिया। फिर मैनू किसी ने बाबा जी दे बारे दस्या। मैं बाबा जी दे दरबार गई। बाबा जी ने तो कुछ घंटिया विच ही मेरी सारी समस्या का समाधान कर दिता। मेरा विआह उत्थे पक्का हो गया जिथे मैं चाहती सी। मैं दिलों धन्यवाद करदी हां बाबा जी। जिस तरह नौकरी कारोबार विदेश यात्रा ग्रह क्लेश लव मैरिज समस्या जादू टोना किता कराया सौंकण दुश्मन का सर्वनाश प्रभाव वो भी घर बैठे वशीकरण मुटकरनी दे सुपर स्पेशलिस्ट। मेरा हमेशा घर विच लड़ाई झगड़ा चलता रहिंदा सी। मेरी घर वाली सोचती सी कि मेरा किसी होर नाल चक्कर चल रहा है। मैं बहुत परेशान रहने लगा। एक दिन मैं बाबा जी दे दरबार चला गया ते बाबा जी ने मैनू छोटा जिहा उपाय दस्या। उस उपाय दे नाल मेरी जिंदगी खुशहाल रहने लगी। धन्यवाद बाबा जी। अज ही मिलो गुरु अजमेरी बाबा जी नूं जिन्हां दा मोबाइल नंबर है 9815460154 लुधियाना।